ਅੱਜ ਮੈਂ ਤੁਹਾਨੂੰ ਇੱਕ ਬਹੁਤ ਵੱਡੀ ਖੁਸ਼ਖਬਰੀ ਦੇਣ ਜਾ ਰਿਹਾਗਾ। ਅੱਜ ਸਿੱਧੂ ਮੂਸੇਵਾਲੇ ਦੀ ਮਾਤਾ ਚਰਨ ਕੌਰ ਨੇ ਇੱਕ ਨੰਨੇ ਬੱਚੇ ਨੂੰ ਜਨਮ ਦਿੱਤਾ ਗਾ। ਇਹ ਜਾਣਕਾਰੀ ਮੈਂ ਕਿਤੇ ਪੜ੍ਹੀ ਨਹੀਂ, ਮੈਂ ਉਹਨਾਂ ਦੇ ਫਾਦਰ ਦੇ ਇੰਸਟਾਗ੍ਰਾਮ ਪੇਜ 'ਤੇ ਦੇਖੀ ਹੈਗੀ। ਉਹਨਾਂ ਨੇ ਨੰਨੇ ਬੱਚੇ ਨਾਲ ਫੋਟੋ ਪਾਈ ਹੈਗੀ, ਇੱਕ ਉਹਨਾਂ ਨੇ ਆਪਣੇ ਪੇਜ ਦੇ ਉੱਪਰ ਵੀਡੀਓ ਵੀ ਪਾਤੀ ਹੈਗੀ। ਇਹ ਕਨਫਰਮ ਹੈਗਾ ਸਿੱਧੂ ਮੂਸੇਵਾਲੇ ਦੀ ਮਦਰ ਦੁਬਾਰਾ ਮਾਂ ਬਣ ਗਏ ਨੇ। ਉਹਨਾਂ ਦੇ ਘਰ ਇੱਕ ਛੋਟੇ ਨੰਨੇ ਬੱਚੇ ਦਾ ਬਰਥ ਹੋ ਗਿਆ, ਜਨਮ ਹੋ ਗਿਆ। ਇਹ ਲੋਕਾਂ ਦੀਆਂ ਦੁਆਵਾਂ ਦਾ ਅਸਰ ਆ। ਕਿੰਨੇ ਲੋਕ, ਲੱਖਾਂ ਕਰੋੜਾਂ ਲੋਕ ਦੁਆ ਕਰਦੇ ਸੀਗੇ। ਇਹ ਕਹਿ ਰਹੇ ਸੀਗੇ ਜੋ ਹੋਇਆ ਸਿੱਧੂ ਮੂਸੇਵਾਲੇ ਦੇ ਇਸ ਦੇ ਉੱਪਰ, ਜੋ ਵੀ ਹੋਇਆ, ਮੈਂ ਉਹਨੂੰ ਕਿਸੇ 'ਤੇ ਕਮੈਂਟ ਨਹੀਂ ਕਰਨਾ ਚਾਹੁੰਦਾ, ਜੋ ਵੀ ਹੋਇਆ ਇਹ ਗਲਤ ਹੋਇਆਗਾ। ਲੋਕਾਂ ਦੀਆਂ ਦੁਆਵਾਂ ਦਾ ਅਸਰ ਦੇਖ ਲਓ। 58 ਸਾਲ ਦੀ ਮਦਰ ਬਣ ਗਏ ਨੇ ਸਿੱਧੂ ਮੂਸੇਵਾਲੇ ਦੇ ਮਾਤਾ। ਸਿੱਧੂ ਮੂਸੇਵਾਲੇ ਨੂੰ ਚੋਣ ਆਇਆਂ ਦੇ ਖਤ ਤੱਕ ਜੇ ਜਾਣਕਾਰੀ ਪਹੁੰਚੇ ਵੀ ਸਿੱਧੂ ਮੂਸੇਵਾਲੇ ਦੇ ਘਰ ਉਹਦੀ ਮਾਤਾ ਨੇ ਇੱਕ ਨੰਨੇ ਬੱਚੇ ਨੂੰ ਜਨਮ ਦਿੱਤਾ ਗਾ। ਇਹ ਜਾਣਕਾਰੀ ਬਿਲਕੁਲ ਫੁੱਲ ਪ੍ਰੂਫ ਆ। ਉਹਨਾਂ ਦੇ ਮੈਂ ਫਾਦਰ ਦੇ ਇੰਸਟਾਗ੍ਰਾਮ ਪੇਜ 'ਤੇ ਦੇਖੀ ਹੈਗੀ, ਤਾਂ ਮੈਂ ਵੀਡੀਓ ਬਣਾਉਣ ਜਾ ਰਿਹਾ। ਇਹ ਜਾਣਕਾਰੀ ਚੰਗੀ ਲੱਗੀ, ਵੀਡੀਓ ਨੂੰ ਫੋਲੋ ਕਰ ਲਿਓ, ਸ਼ੇਅਰ ਕਰ ਦਿਓ। ਸਿੱਧੂ ਮੂਸੇਵਾਲੇ ਦੇ ਫੈਨਸ ਤੱਕ ਇਹ ਜਾਣਕਾਰੀ ਜ਼ਰੂਰ ਪਹੁੰਚੇ। ਉੱਪਰ ਵਾਲੇ ਦਾ ਬਹੁਤ ਬਹੁਤ ਧੰਨਵਾਦ, ਲੋਕਾਂ ਦਾ ਜਿਹਨਾਂ ਜਿਹੜੇ ਲੋਕ ਦੁਆ ਕਰ ਰਹੇ ਸੀ ਉਹਨਾਂ ਦਾ ਬਹੁਤ ਧੰਨਵਾਦ, ਸਿੱਧੂ ਮੂਸੇਵਾਲੇ ਦੇ ਫੈਨਸ ਦਾ ਬਹੁਤ ਧੰਨਵਾਦ ਜਿਹੜੇ ਇਹ ਦੁਆ ਕਰ ਰਹੇ ਸੀ। ਥੈਂਕ ਯੂ ਜੀ।